ਜ਼ਿਲ੍ਹਾ ਮੋਗਾ ਦੇ ਅਧੀਨ ਪੈਂਦੇ ਪਿੰਡ ਸੰਗਤਪੁਰਾ ਦੇ ਵਿੱਚ ਹੱਡਾ ਰੋੜੀ ਦੀ ਜਗ੍ਹਾ ਬਦਲਣ ਦੇ ਮੁੱਦੇ ਨੂੰ ਲੈ ਕੇ ਦੋ ਧੜਿਆਂ ਦੇ ਦਰਮਿਆਨ ਟਕਰਾਅ ਬਣਿਆ ਹੋਇਆ। ਇਹ ਸਥਿਤੀ ਉਸ ਵੇਲੇ ਹੋਰ ਗੰਭੀਰ ਹੋ ਗਈ ਜਦੋਂ ਪਿੰਡ ਦੀ ਹੱਡਾ ਰੋੜੀ ਵਾਲੀ ਜਗ੍ਹਾ ਦੇ ਉੱਤੇ ਇਕੱਠੀਆਂ ਹੋਈਆਂ ਦੋਵਾਂ ਧਿਰਾਂ ਨੇ ਲੋਕ ਆਪਸ ਦੇ ਵਿੱਚ ਉਲਝ ਗਏ, ਪਰ ਪੁਲਿਸ ਦੀ ਮੁਸਤੈਦੀ ਦੇ ਕਾਰਨ ਖੂਨੀ ਟਕਰਾਅ ਹੋਣ ਤੋਂ ਫਿਲਹਾਲ ਬਚਾਅ ਹੋ ਗਿਆ। ਜ਼ਿਕਰਯੋਗ ਹੈ ਕਿ ਪਿੰਡ ਸੰਗਤਪੁਰਾ ਦੇ ਵਿੱਚ ਇਹ ਹੱਡਾ ਰੂੜੀ ਸਰਕਾਰੀ ਜਗ੍ਹਾ ਦੇ ਵਿੱਚ ਚੱਲ ਰਹੀ ਹੈ ਅਤੇ ਪਿੰਡ ਦਾ ਇੱਕ ਧੜਾ ਇਸ ਨੂੰ ਚੁਕਵਾਉਣ ਦੇ ਲਈ ਪੱਬਾਂ ਭਾਰ ਹੋ ਚੁੱਕਿਆ। ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਮੰਗਾ ਸਿੰਘ ਦਾ ਕਹਿਣਾ ਹੈ ਕਿ ਹੱਡਾ ਰੋੜੀ ਕਾਰਨ ਆਵਾਰਾ ਕੁੱਤੇ ਸੜਕਾਂ ਦੇ ਉੱਤੇ ਆ ਜਾਂਦੇ ਨੇ, ਜਿਸ ਦੇ ਨਾਲ ਅਕਸਰ ਸੜਕ ਹਾਦਸੇ ਵਾਪਰਦੇ ਨੇ। ਅੱਜ ਕੀ ਮਸਲਾ ਹੋਇਆ? ਅੱਜ ਮਸਲਾ ਇਹ ਹੈ ਜੀ, ਜਿਹੜੇ ਉੱਥੇ ਪਸ਼ੂ ਸੱਟੇ ਸੀਗੇ, ਹੁਣ ਉਹਨਾਂ ਨੇ ਕੱਢ ਕੇ ਬਾਹਰ ਸੜਕ ਦੇ ਉੱਪਰ ਸੱਟ ਰੱਖੇ ਆ। ਉਹ ਹੁਣ ਪਸ਼ੂ ਉੱਪਰ ਸੜਕ ਦੇ ਪਏ ਆ, ਜੋ ਆਉਂਦਾ ਉੱਥੋਂ ਲੰਘਦਾ ਟੱਪਦਾ, ਉਹਨਾਂ ਦਾ ਐਕਸੀਡੈਂਟ ਹੋਣ ਦੀ ਵੀ ਪੂਰੀ ਉੱਥੇ ਚਾਂਸ ਹੈਗੇ ਆ, ਐਕਸੀਡੈਂਟ ਹੋ ਸਕਦਾ। ਠੀਕ ਹੈ ਨਾ, ਇਹਨਾਂ ਨੂੰ ਇਹੀ ਮਸਲਾ ਅਸੀਂ ਰੱਖਣਾ ਗਾ ਮੂਹਰੇ ਵੀ ਉਹ ਜਿਹੜੇ ਹੱਥਾਂ ਨਾਲ ਤੁਸੀਂ ਉਹ ਪਸ਼ੂ ਬਾਹਰ ਕੱਢੇ ਆ, ਉਸੇ ਹੱਥਾਂ ਨਾਲ ਪਸ਼ੂ ਉੱਥੇ ਹੋਣੇ ਚਾਹੀਦੇ ਆ ਸਾਨੂੰ। ਤੁਹਾਡੀ ਹੁਣ ਪਿੰਡ ਵਾਲੇ ਦੀ ਕੀ ਮੰਗ? ਸਾਡੀ ਪਿੰਡ ਵਾਲਿਆਂ ਦੀ ਇਹੀ ਮੰਗ, ਹੱਡਾ ਰੋੜੀ ਉੱਥੇ ਚਾਲੂ ਹੋਣੀ ਚਾਹੀਦੀ ਆ, ਅਤੇ ਉੱਥੇ ਸਾਡੇ ਸਾਰੇ ਪਸ਼ੂਆਂ ਦੇ ਹੱਡ ਆ ਜਿਹੜੇ ਹੱਡਾ ਰੋੜੀ ਦੇ ਵਿੱਚ ਜਿਵੇਂ ਹੱਥਾਂ ਨਾਲ ਉਹਨਾਂ ਨੇ ਬਾਹਰ ਸਿੱਟੇ ਉਵੇਂ ਅੰਦਰੇ ਕਰਨੇ ਚਾਹੀਦੇ ਉਹਨਾਂ ਨੂੰ। ਸਰ, ਪਿੰਡ ਸੰਗਤਪੁਰੇ ਦਾ ਮਾਮਲਾ ਹੈਗਾ, ਇੱਥੋਂ ਦੀ ਹਾਈ ਕੋਰਟ ਜਿਵੇਂ ਠੇਕਾ ਸ਼ਰਾਬ ਦਾ ਹੁੰਦਾ ਚਾਹੇ ਹੱਡਾ ਰੋੜੀ ਹੁੰਦੀ ਆ, ਉਹ ਕਹਿੰਦੀ ਹੈਗੀ ਆ ਕਿ ਉਹ ਪਿੰਡ ਦੀ ਆਬਾਦੀ ਤੋਂ ਦੂਰ ਹੋਣਾ ਚਾਹੀਦਾ ਹੈ, ਲੇਕਿਨ ਇੱਥੇ ਜਿਹੜੀ ਹੱਡਾ ਰੋੜੀ ਬਣੀ ਹੈਗੀ ਆ ਉਹਦੇ ਨਾਲ ਬਹੁਤ ਸਾਰੇ ਐਕਸੀਡੈਂਟਾਂ ਦਾ ਜਿਹੜਾ ਇੱਥੇ ਰੁਝਾਨ ਚੱਲ ਰਿਹਾ ਹੈਗਾ। ਦੋ ਤਿੰਨ ਜਿਹੜੇ ਉੱਥੇ ਲੜਕੀਆਂ ਦੀ ਮੌਤ ਹੋਈ ਹੈਗੀ ਆ, ਜਿਹਦੇ ਵਿੱਚ ਸਮਾਧ ਭਾਈ ਦਾ ਹੈਗਾ ਅਤੇ ਹੋਰ ਇੱਕ ਦੋ ਪਿੰਡਾਂ ਦੇ ਹੈਗੇ ਆ ਜਿਹੜੇ ਜਿਨ੍ਹਾਂ ਨੇ ਕੁੱਤਿਆਂ ਨੇ ਉਹ ਬਾਹਰ ਨਿਕਲਦੇ ਸਾਰ ਐਕਸੀਡੈਂਟ ਹੋ ਕੇ ਅਤੇ ਉਹ ਮੌਤ ਹੋਈ ਹੈ। ਸਾਡੇ ਨਾਲ ਸੀ 5 ਮਹੀਨੇ ਤੋਂ ਬੰਦ ਹੈ, ਪਰ ਅੱਜ ਪਿੰਡ ਦਾ ਸਰਪੰਚ ਹੈ ਜਿਹੜਾ ਉਹ ਸਾਡੇ ਬਿਲਕੁਲ ਉਲਟ ਹੈਗਾ, ਅਤੇ ਇੱਥੋਂ ਤੱਕ ਕਿ ਜਿਹੜੀਆਂ ਦਲਿਤ ਔਰਤਾਂ ਹੈਗੀਆਂ ਜਿਹੜੇ ਪੰਜ ਚਾਰ ਪਿੰਡ ਦੇ ਚੌਧਰੀ ਹੈਗੇ ਆ ਉਹਨਾਂ ਨੇ ਧੱਕੇ ਮਾਰੇ ਅਪਸ਼ਬਦ ਬੋਲੇ ਹੈਗੇ ਆ, ਪਰ ਸਾਡੀ ਪ੍ਰਸ਼ਾਸਨ ਨੇ ਕੋਈ ਗੱਲ ਨਹੀਂ ਸੁਣੀਗੀ। ਸਾਡੀ ਇਹ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜੇਕਰ ਇਹ ਮਾਮਲਾ ਹੱਲ ਨਾ ਕੀਤਾ ਗਿਆ ਤਾਂ ਅਸੀਂ ਪੱਕਾ ਠੱਕਾ ਜਿਹੜਾ ਬੀ ਡੀ ਓ ਦਫ਼ਤਰ ਉਹ ਧਰਨਾ ਡੰਗਰ ਵੱਛਾ ਲੈ ਕੇ ਹੀ ਜਾਵਾਂਗੇ। ਸਾਡੇ ਪਿੰਡ ਦਾ ਮਸਲਾ ਬਈ ਜੀ ਇਹ ਆ ਵੀ ਸਾਡੇ ਪਿੰਡ ਦੇ ਵਿੱਚ ਹੱਡਾ ਰੂੜੀ ਬਣੀ ਵੀ ਆ ਸੰਨ 1949 ਤੋਂ ਰਿਕਾਰਡ ਦੇ ਮੁਤਾਬਕ। ਸਾਡੇ ਬਜ਼ੁਰਗ ਦਾਦੇ ਵੀ ਸਾਡੇ ਦੱਸਦੇ ਆ ਵੀ ਜਿਹੜੀ ਇਹ ਹੱਡਾ ਰੂੜੀ ਆ 1949 ਦੀ ਇੱਥੇ ਬਣੀ ਹੋਈ ਹੈ, ਪਰ ਹੁਣ ਕੁਝ ਲੋਕ ਉਹ ਹੱਡਾ ਰੂੜੀ ਨੂੰ ਇੱਥੋਂ ਬੰਦ ਕਰਕੇ ਉਹਨੂੰ ਮਤਲਬ ਜੋ ਉਹਦਾ ਮਲਬਾ ਸੀਗਾ ਉਹ ਖੱਬਾ ਸੱਜਾ ਉਹਦਾ ਕਰਤਾ ਬਲਵੇ ਦਾ, ਇਸ ਦੇ ਮਤਲਬ ਜਿਹੜੀ ਹੁਣ ਪਸ਼ੂ ਕੋਈ ਪਿੰਡ ਦੇ ਵਿੱਚ ਮਰ ਜਾਂਦਾ, ਕੋਈ ਪਸ਼ੂ ਮਰ ਜਾਂਦਾ, ਕਈਆਂ ਬੰਦਿਆਂ ਨੇ ਸਾਡੇ ਪਿੰਡ ਦਿਆਂ ਨੇ ਤਾਂ ਪਸ਼ੂ ਉਹ ਘਰ ਵੀ ਦੱਬੇ ਆ, ਅਤੇ ਇਸ ਕਰਕੇ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਆ ਪਿੰਡ ਦੇ ਲੋਕਾਂ ਨੂੰ ਵੀ ਪਸ਼ੂ ਮਰੇ ਵੇ, ਪਸ਼ੂ ਕਿੱਥੇ ਸਿੱਟੇ ਜਾਣ ਉਹ। ਦੂਜੀ ਗੱਲ ਵੀ ਅਸੀਂ ਇਸ ਦੇ ਬਾਬਤ ਐਸ ਡੀ ਐਮ ਸਾਹਿਬ ਦੇ ਕੋਲ ਵੀ ਜਾ ਕੇ ਆਏ ਹਾਂ, ਐਸ ਡੀ ਐਮ ਸਾਹਿਬ ਨੇ ਸਾਨੂੰ ਇਸ ਗੱਲ ਦਾ ਭਰੋਸਾ ਦਵਾਇਆ ਸੀਗਾ ਵੀ ਤੁਹਾਡਾ ਇਹ ਮਸਲੇ ਦਾ ਹੱਲ ਹੋਊਗਾ। ਉਸ ਤੋਂ ਬਾਅਦ ਸਾਡਾ ਇਸ ਮਸਲੇ ਦਾ ਕੋਈ ਹੱਲ ਨਹੀਂ ਹੋਇਆ, ਅਦਰਵਾਈਜ਼ ਜਦੋਂ ਕਿਸੇ ਦਾ ਪਸ਼ੂ ਮਰ ਜਾਂਦਾ ਉੱਥੇ ਸਿੱਟ ਕੇ ਆਉਂਦਾ ਬੰਦਾ ਕੋਈ, ਅਤੇ ਉਹ ਕੁਛ ਲੋਕ ਆ ਸਾਡੇ ਪਿੰਡ ਦੇ ਜਿਹੜੇ ਉਹ ਉਹਨੂੰ ਪਸ਼ੂ ਨੂੰ ਖਿੱਚ ਕੇ ਸੜਕ ਦੇ ਉੱਤੇ ਕਰ ਲੈਂਦੇ ਆ, ਕਿਉਂਕਿ ਉਹ ਸੜਕ 'ਤੇ ਦੁਰਘਟਨਾ ਦਾ ਕਾਰਨ ਵੀ ਬਣ ਸਕਦਾ, ਕਿਸੇ ਦਾ ਐਕਸੀਡੈਂਟ ਵੀ ਹੋ ਸਕਦਾ, ਤੁਸੀਂ ਖੁਦ ਜਾ ਕੇ ਦੇਖ ਸਕਦੇ ਆ ਉੱਥੇ ਸੜਕ ਦੇ ਉੱਤੇ ਪਸ਼ੂ ਸਿੱਟੇ ਵੇ ਆ, ਮਰੇ ਵੇ ਪਿੰਜਰ ਜਿਹੜੇ ਉੱਥੇ ਸੜਕ ਦੇ ਉੱਤੇ ਸਿੱਟੇ ਵੇ ਆ। ਅਤੇ ਇਸ ਕਰਕੇ ਜਿਹੜਾ ਇਹ ਮਸਲਾ ਇਹ ਕਿਸੇ ਦੀ ਪਾਰਟੀਬਾਜ਼ੀ ਦਾ ਕੋਈ ਮਸਲਾ ਨਹੀਂ ਗਾ, ਸਾਰੇ ਸਹਿਮਤ ਆ, ਪੰਚਾਇਤ ਵੀ ਸਹਿਮਤ ਆ ਇਹਦੇ ਨਾਲ, ਇਹਦੇ ਨਾਲ ਸਾਰੀਆਂ ਪਾਰਟੀਆਂ ਸਹਿਮਤ ਆ, ਪਰ ਕੁਛ ਲੋਕ ਆ ਇਹ ਇਸ ਨੂੰ ਪ੍ਰਸ਼ਾਸਨ ਨੂੰ ਕੀ ਕਰੋਗੇ? ਦੇਖੋ ਜੀ, ਮੇਰੇ ਕੋਲ ਬੀ ਡੀ ਓ ਜੋ ਮੋਗਾ ਹੈ ਉਹਨਾਂ ਨੇ ਮੇਰੇ ਕੋਲ ਇਹ ਗੱਲ ਜਿਹੜੀ ਹੈਗੀ ਹੈ ਮੇਰੇ ਧਿਆਨ 'ਚ ਲਿਆਉਂਦੀ ਹੈਗੀ ਹੈ। ਜਿਹੜੀ ਮੁੱਢਲੀ ਜਾਣਕਾਰੀ ਹੈ ਉਹਦੇ ਅਨੁਸਾਰ 1953 ਤੋਂ ਇਹ ਹੱਡਾ ਰੋੜੀ ਚੱਲਦੀ ਆ ਰਹੀ ਹੈ ਉੱਥੇ, ਔਰ ਇਹਦੀ ਜਿਹੜੀ ਕੰਪਲੇਂਟ ਹੈਗੀ ਹੈ ਉਹ ਬੀ ਡੀ ਓ ਸਾਹਿਬ ਕੋਲ ਪਹੁੰਚ ਗਈ ਹੈਗੀ ਹੈ, ਔਰ ਉਹ ਇਹਦੀ ਇੰਕੁਆਇਰੀ ਕਰ ਰਹੇ ਨੇ। ਮੇਰੇ ਖਿਆਲ 'ਚ ਅੱਜ ਸ਼ਾਮ ਤੱਕ ਇਹ ਇੰਕੁਆਇਰੀ ਕਰਕੇ ਮੈਨੂੰ ਰਿਪੋਰਟ ਭੇਜਣਗੇ,
ਔਰ ਅਸੀਂ ਜਿਹੜਾ ਹੈਗਾ ਜਿਹੜਾ ਹੱਡਾ ਰੋੜੀ ਉੱਥੇ ਚੱਲਦੀ ਆ ਰਹੀ ਹੈ ਇੰਨੀ ਪੁਰਾਣੀ, ਉਹਦੇ ਬਾਰੇ ਤਾਜ਼ਾ ਸਥਿਤੀ ਬਾਰੇ ਕੀ ਕਰਨਾ ਹੈਗਾ ਕੀ ਨਹੀਂ ਕਰਨਾ ਹੈਗਾ, ਅਸੀਂ ਵੀਡੀਓ ਸਾਹਿਬ ਦੀ ਰਿਪੋਰਟ ਦਾ ਇੰਤਜ਼ਾਰ ਕਰਾਂਗੇ ਅਤੇ ਉਹਦਾ ਨਿਆਂ ਕਰਾਂਗੇ ਅਸੀਂ। ਸਰ ਉਹ ਬਿਲਡਿੰਗ ਨੂੰ ਵੀ ਗਿਰਾ ਦਿੱਤਾ ਗਿਆ, ਢਾ ਦਿੱਤੀ ਗਈ ਹੈ ਜੀ। ਦੇਖੋ ਜੇ ਕਿਸੇ ਅਨਸਰ ਨੇ ਸਰਕਾਰੀ ਪ੍ਰੋਪਰਟੀ ਨੂੰ ਨੁਕਸਾਨ ਪਹੁੰਚਾਇਆ ਹੈਗਾ ਉਹਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਦੇਖੋ ਜੀ ਕੋਈ ਕਾਰਨ ਹੋਣਾ ਚਾਹੀਦਾ ਬਦਲਣ ਦਾ, ਜਦ ਇੰਨੇ ਸਾਲਾਂ ਦੀ ਚੱਲਦੀ ਆ ਰਹੀ ਹੈ ਤਾਂ ਉਹਨਾਂ ਨੂੰ ਕਿਉਂ ਬਦਲਿਆ ਜਾਵੇ ਉੱਥੋਂ? ਠੀਕ ਹੈ, ਉਹਦੇ ਬਾਰੇ ਅਸੀਂ ਵੀਡੀਓ ਸਾਹਿਬ ਨੂੰ ਕਿਹਾ ਹੈਗਾ, ਵੀਡੀਓ ਸਾਹਿਬ ਇਨਕੁਆਇਰੀ ਕਰ ਰਹੇ ਨੇ, ਸਾਨੂੰ ਜੋ ਰਿਪੋਰਟ ਦੇਣਗੇ ਉਹਦੇ ਇਵਜ਼ ਦੇ ਵਿੱਚ ਉਹਦੀ ਲਾਈਟ ਦੇ ਵਿੱਚ ਅਸੀਂ ਫੈਸਲਾ ਲਵਾਂਗੇ। ਮੋਗਾ ਤੋਂ ਹਰਪਾਲ ਸਿੰਘ ਦੀ ਰਿਪੋਰਟ।